ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਆ ਸਟੂਡੈਂਟਸ ਦੇ ਸਵਾਲ ਲਗਾਤਾਰ ਬਹੁਤ ਸਾਰੇ ਹੁੰਦੇ ਨੇ ਸੋ ਅੱਜ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਆਫਰ ਲੈਟਰ ਨੂੰ ਲੈ ਕੇ ਵੀ ਕਿਉਂਕਿ ਸਟੂਡੈਂਟਸ ਦੇ ਇਹ ਵੀ ਸਵਾਲ ਬਹੁਤ ਨੇ ਜੀ ਆਫਰ ਲੈਟਰ ਕਿੰਨੇ ਟਾਈਮ ਦੇ ਵਿੱਚ ਆ ਰਹੀ ਹੈ ਸਾਨੂੰ ਕਿੰਨਾ ਕੁ ਟਾਈਮ ਵੇਟ ਕਰਨੀ ਚਾਹੀਦੀ ਹੈ ਆਫਰ ਲੈਟਰ ਆਨਦੀ ਔਰ ਨਾਲ ਦੇ ਨਾਲ ਜਦੋਂ ਤੱਕ ਆਫਰ ਲੈਟਰ ਆ ਰਹੀ ਹੈ ਕਿਉਂਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਡਾਕੂਮੈਂਟੇਸ਼ਨ ਦੇ ਉੱਪਰ ਫੋਕਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਸੋ ਇਨ ਬਿਟਵੀਨ ਨਾਲ-ਨਾਲ ਤੁਹਾਨੂੰ ਕਿਹੜੇ ਕਿਹੜੇ ਡਾਕੂਮ ਕਿ ਆਪਾਂ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਸੀਂ ਆਪਣੇ ਪ੍ਰੋਸੈਸ ਨੂੰ ਸਹੀ ਤਰੀਕੇ ਨਾਲ ਲੱਗੇ ਵਧਾਓ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਪ੍ਰੋਸੈਸ ਨੂੰ ਲੈ ਕੇ ਬੜੀ ਬਰੀਕੀ ਦੇ ਨਾਲ ਡਾਕੂਮੈਂਟਸ ਨੂੰ ਲੈ ਕੇ ਸਹੀ ਜਾਣਕਾਰੀ ਤੁਹਾਡੇ ਨਾਲ ਅੱਜ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਕੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਜੀ ਅ ਸਟੂਡੈਂਟ ਸਾਰੇ ਹੀ ਜਾਣਦੇ ਨੇ ਜੋ ਮੈਮ ਦੇ ਨਾਲ ਜੁੜੇ ਹੋਏ ਨੇ ਕਿ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਸੋ ਇਹਨਾਂ ਵੀਡੀਓਜ਼ ਦੇ ਜ਼ਰੀਏ ਲਾਈਵ ਸੈਸ਼ਨਜ਼ ਦੇ ਜ਼ਰੀਏ ਵੀ ਬਹੁਤ ਸਾਰੇ ਸਟੂਡੈਂਟ ਜੋ ਹੈ ਆਪਣੇ ਡਾਊਟਸ ਕਲੀਅਰ ਕਰਦੇ ਨੇ ਮੈਮ ਤੋਂ ਸੋ ਇਹ ਇੱਕ ਸਵਾਲ ਜੋ ਲਗਾਤਾਰ ਬਹੁਤ ਸਾਰੇ ਸਟੂਡੈਂਟਸ ਆ ਬਣਿਆ ਹੋਇਆ ਸੀ ਸਾਡੇ ਨਾਲ ਸੋ ਮੈਮ ਜ਼ਰੂਰ ਇੱਧਰ ਇਸ ਟਾਪਿਕ ਤੇ ਵੀ ਤੁਸੀਂ ਕਲੈਰਿਟੀ ਔਰ ਸਟੂਡੈਂਟਸ ਦਾ ਡਾਊਟ ਜਿਹੜਾ ਜ਼ਰੂਰ ਕਲੀਅਰ ਕਰੋ ਉਹਨਾਂ ਨੂੰ ਸਹੀ ਗਾਈਡੈਂਸ ਹੋ ਆਫਰ ਲੈਟਰ ਕਿੰਨੇ ਟਾਈਮ ਵਿੱਚ ਆ ਰਹੀ ਹੈ ਔਰ ਕਿਸ ਤਰੀਕੇ ਨਾਲ ਸਟੂਡੈਂਟਸ ਨੂੰ ਆਪਣੇ ਡਾਕੂਮੈਂਟਸ ਦੀ ਤ ਚਾਹੀਦੀ ਹੈ ਹਰਜੋਤ ਅੱਜ ਇੱਕ ਕੁਐਸਚਨ ਬੜਾ ਅੱਛਾ ਤੁਸੀਂ ਪੁੱਛਿਆ ਜੀ ਇਹਦੇ ਵਿੱਚ ਆਪਾਂ ਨੂੰ ਟਾਈਮ ਮਿਲ ਰਿਹਾ ਕਿ ਬੱਚੇ ਨੂੰ ਆਪਾਂ ਚੰਗੀ ਤਰ੍ਹਾਂ ਗਾਈਡ ਕਰੀਏ ਕਿ ਸਟੂਡੈਂਟ ਜਿਹੜਾ ਮਿਸ ਗਾਈਡ ਨਾ ਹੋਏ ਕਿਉਂਕਿ ਜਿੰਨੇ ਗਾਲਜ਼ ਆਂਦੀਆਂ ਸ਼ੋਅ ਦੇਖ ਕੇ ਬਹੁਤ ਮਿਸ ਗਾਈਡਡ ਹੈ ਐਂਡ ਰੀਅਲੀ ਆਮ ਵอรี่ਡ ਕਿ ਬੱਚਿਆਂ ਦਾ ਕੀ ਬਣੂਗਾ ਸਟੈਪ ਬਾਈ ਸਟੈਪ ਮੈਂ ਪ੍ਰੋਸੈਸ ਦੱਸ ਰਹੀ ਹਾਂ ਤੁਸੀਂ ਆਏ ਸਾਡੇ ਕੋਲ ਰਿਕੁਆਇਰਮੈਂਟ ਦੀ ਵੀਡੀਓ ਆਪਾਂ ਬਹੁਤ ਬਣਾਈ ਹੈ ਜੇ ਤੁਸੀਂ ਇਹ ਬੱਚੇ ਕਹਿਣਗੇ ਆਪਾਂ ਇੱਕ ਹੋਰ ਰਿਕੁਆਇਰਮੈਂਟ ਦੀ ਵੀਡੀਓ ਬਣਾ ਦਾਂਗੇ ਸਪੈਸ਼ਲੀ ਟੋਟਲ ਰਿਕੁਆਇਰਮੈਂਟ ਦੀ ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜਾ ਬੱਚਾ एलिਜੀਬਲ ਹੈ ਉਹਦੀ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ ਉਹਨੇ ਕੀ ਕਰਨਾ ਹੈ ਰਿਕੁਆਇਰਮੈਂਟ ਪੂਰੀ ਹੋਈ ਉਹ ਸਾਡੇ ਕੋਲ ਆਏ ਆਫਰ ਲੈਟਰ ਅਪਲਾਈ ਕਰਨ ਵਾਸਤੇ ਸਟੈਪ 1 ਉਹਨਾਂ ਨੇ ਆਪਣੇ ਕੁਆਲੀਫਿਕੇਸ਼ਨ ਡਾਕੂਮੈਂਟ ਸਾਨੂੰ ਦੇ ਦਿੱਤੇ ਮੀਨਸ ਸਕੈਨ ਕਰਕੇ ਜਾਂ ਵਾਟਐਵਰ ਜੋ ਵੀ ਪੋਸੀਬਿਲਿਟੀਜ਼ ਹੁੰਦੀਆਂ ਉਹ ਡਾਕੂਮੈਂਟ ਜਿਹੜੇ ਆ ਅਸੀਂ ਉਹਦੇ ਨਾਲ ਸਟੇਟਮੈਂਟ ਆਫ ਪਰਪਸ ਜਿਹੜਾ ਬੱਚਾ ਲਿਖ ਕੇ ਦਿੰਦਾ ਹੈ ਜਾਂ ਬੱਚੇ ਦੀ ਮੇਰੀ ਕਾਉਂਸਲਰ ਹੈਲਪ ਕਰਦੀ ਹੈ ਜਿਸ ਵੀ ਹਿਸਾਬ ਨਾਲ ਕਿਉਂਕਿ ਇੱਥੇ ਬੱਚੇ ਨੇ ਜਾਣਾ ਹੈ ਯੂਨੀਵਰਸਿਟੀ ਸਟੂਡੈਂਟ ਨੇ ਜਾਣਾ ਹੈ ਕਾਉਂਸਲਰ ਨੇ ਨਹੀਂ ਜਾਣਾ ਯਾ ਵੀਨਾ ਮੈਡਮ ਨੇ ਨਹੀਂ ਜਾਣਾ ਯੂ ਹੈਵ ਟੂ ਸਰਚ ਕਿਹੜੀ ਯੂਨੀਵਰਸਿਟੀ 'ਚ ਜਾ ਰਹੇ ਹੋ ਕਿਹੜੀ ਜਗ੍ਹਾ ਜਾ ਰਹੇ ਹੋ ਉਹਦੀ ਫੀਸ ਕਿੰਨੀ ਹੈ ਤੁਹਾਨੂੰ ਫੰਡਿੰਗ ਕੌਣ ਕਰ ਰਿਹਾ ਹੈ ਜਦ ਤੁਸੀਂ ਗ੍ਰੈਜੂਏਟ ਸਟੂਡੈਂਟ ਹੋ ਤੁਹਾਡਾ ਐਕਸਪੀਰੀਅੰਸ ਕੀ ਹੈ ਚਾਰ ਪੰਜ ਕੁਐਸਚਨ ਹੁੰਦੇ ਜਿਹੜੇ ਐਸਓਪੀ ਵਿੱਚ ਅਸੀਂ ਲਿਖਨੇ ਰਿਸਰਚ ਕੀ ਹੈ ਇਹ ਪ੍ਰੋਗਰਾਮ ਕਰਨ ਦੇ ਬਾਅਦ ਤੁਸੀਂ ਇਹਨੂੰ ਇੰਪਲੀਮੈਂਟ ਕਿੱਦਾਂ ਕਰੋਗੇ ਰਾਈਟ that is called sop ਅਸੀਂ ਸਾਡੀ ਪੂਰੀ ਗਾਈਡੈਂਸ ਹੁੰਦੀ ਹੈ ਤੁਹਾਨੂੰ ਇਹਦੇ ਨਾਲ ਅਸੀਂ ਆਫਰ ਲੈਟਰ ਅਪਲਾਈ ਕਰਦੇ ਹਾਂ ਆਫਰ ਲੈਟਰ ਦੇ ਵਿੱਚ ਕੋਈ ਯੂਨੀਵਰਸਿਟੀ 15 ਡੇਸ ਤੇ ਦੇ ਰਹੀ ਹੈ ਕੋਈ 20 ਕੋਈ 25 ਡੇਸ ਆਪਾਂ ਰਫਲੀ ਮੰਨਦੇ ਆ ਕਿ ਮਿੰਨਾ ਲੱਗ ਗਿਆ 15-20 ਦਿਨ ਜਨਰਲੀ ਆਨ ਐਨ ਐਵਰੀਜ ਟਾਈਮ ਹੁਣ ਉਹ ਬੱਚਾ ਜਿਹੜਾ ਹੈ ਇਹ ਨਾ ਸੋਚ ਕੇ ਬੈਠ ਜਾਏ ਕਿ ਮੇਰੀ ਆਫਰ ਲੈਟਰ ਆਏਗੀ ਤਾਂ ਮੈਂ ਡਾਕੂਮੈਂਟ ਤਿਆਰ ਕਰੂੰਗਾ ਨਾਲ ਦੀ ਨਾਲ ਉਹ ਜੀਟੀ ਦੇ ਡਾਕੂਮੈਂਟ ਤਿਆਰ ਕਰੇ ਜਿੱਦਾਂ ਹੀ ਆਫਰ ਲੈਟਰ ਅਪਲਾਈ ਹੋਈ ਹੈ ਸੈਕਿੰਡ ਸਟੈਪ ਜਿਹੜਾ ਜੀਟੀ ਦੇ ਡਾਕੂਮੈਂਟਸ ਜੇ ਜੀਟੀ ਤੁਹਾਡੇ ਸਟਰੋਂਗ ਡਾਕੂਮੈਂਟਸ ਹੋਗੇ ਤੇ ਤੁਹਾਡਾ ਜਿਹੜਾ ਜੀਟੀ ਰਿਜੈਕਟ ਨਹੀਂ ਹੋਏਗੀ ਔਰ ਵੀਜ਼ਾ ਰਿਜੈਕਸ਼ਨ ਨਹੀਂ ਹੋਏਗਾ ਹੁਣ ਜੀਟੀ ਦੇ ਵਿੱਚ ਇਨਕਮ ਟੈਕਸ ਰਿਟਰਨਸ ਆ ਜਾਂਦੀ ਹੈ ਐਂਡ ਫਾਈਨੈਂਸ਼ੀਅਲ ਡਾਕੂਮੈਂਟਸ ਰਾਈਟ ਪੇਰੈਂਟਸ ਦੀ ਜਿਹੜੀ ਹੈ ਆ ਇਨਕਮ ਟੈਕਸ ਰਿਟਰਨ ਦੋਨਾਂ ਦੀ ਜੇ ਸਪான்ਸਰ ਕੋਈ ਕਰ ਰਿਹਾ ਦਾਦਾ ਦਾਦੀ ਨਾਨਾ ਨਾਨੀ ਬ੍ਰਦਰ ਸਿਸਟਰ ਉਹਨਾਂ ਦੀ ਇਨਕਮ ਟੈਕਸ ਰਿਟਰਨ ਆ ਗਈ ਉਹਦੇ ਨਾਲ ਫੰਡਿੰਗ ਕੌਣ ਕਰ ਰਿਹਾ ਪੇਰੈਂਟਸ ਫੰਡਿੰਗ ਕਰ ਰਹੇ ਆ ਯਾ ਸਪான்ਸਰ ਤੁਹਾਡਾ ਫੰਡਿੰਗ ਕਰ ਰਿਹਾ ਉਹ ਡਾਕੂਮੈਂਟਸ ਨਾਲ ਆ ਜਾਣਗੇ ਹੁਣ ਇੱਕ ਮੇਰੇ ਕੋਲ ਕੇਸ ਆਇਆ ਕੱਲ ਜਿੱਦਾਂ 11 ਲੱਖ 11 ਲੱਖ ਫਾਦਰ ਦੀ ਇਨਕਮ ਹੈ 5 ਲੱਖ ਮਦਰ ਦੀ ਹੈ 16 ਲੱਖ ਫਾਦਰ ਜੌਬ ਕਰ ਰਹੇ ਹੈ ਠੀਕ ਹੈ ਹੁਣ ਇਹਨਾਂ ਦਾ ਜਿਹੜਾ ਲੋਨ ਲੈਣਾ ਬਹੁਤ ਆਸਾਨ ਹੈ ਕਿਉਂਕਿ ਇਹਨਾਂ ਦੇ ਕੋਲ 3 ਮੰਥ 올ਡ ਫੰਡਿੰਗ ਨਹੀਂ ਹੈ ਕੁਝ ਫੰਡਿੰਗ ਹੈ 10-12 ਲੱਖ ਰੁਪਇਆ ਸ਼ੋ ਇਹਨਾਂ ਨੇ ਕਿੰਨਾ ਕਰਨਾ 30 ਲੱਖ ਰੈਸਟ ਆਫ ਦਾ ਮਨੀ ਬੈਂਕ ਲੋਨ ਬੈਂਕ ਵੀ 15 ਦਿਨ ਲੈ ਲਾਂਦਾ ਹੁਣ ਤੁਸੀਂ ਦੇਖੋ ਬਿਲਕੁਲ ਨਾਲ ਦੇ ਨਾਲ ਪ੍ਰੋਸੈਸ ਚੱਲ ਰਿਹਾ ਹੈ ਇਧਰ ਬੈਂਕ ਦਾ ਚੱਲ ਰਿਹਾ ਹੈ ਆਫਰ ਲੈਟਰ ਅਪਲਾਈ ਹੋ ਗਿਆ ਹੁਣ ਤੁਸੀਂ ਕਹੋ ਕਿ ਇੱਕ ਜਿਹੜੀ ਮੇਨ ਗੱਲ ਹੈ ਕਿ ਜਦ ਤੱਕ ਆਫਰ ਲੈਟਰ ਨਹੀਂ ਆਇਆ ਬੈਂਕ ਲੋਨ ਨਹੀਂ ਦੇਗਾ ਰਾਈਟ ਲੇਕਿਨ ਬੈਂਕ ਦੇ ਆਪਣੇ ਡਾਕੂਮੈਂਟਸ ਹੈ ਜਿਹੜੇ ਉਹਨਾਂ ਨੂੰ ਇੱਕ ਲਿਸਟ ਆਫ ਦਾ ਡਾਕੂਮੈਂਟਸ ਚਾਹੀਦੇ ਆ ਇਹਨਾਂ ਦੀ ਸੈਲਰੀ ਸਲਿਪ ਹੋ ਗਈ ਇਹਨਾਂ ਦਾ ਜੋ ਵੀ ਕੰਮ ਕਰ ਰਹੇ ਆ ਉਹਦੇ ਡਿਟੇਲਸ ਚਾਹੀਦੇ ਆ ਹੈ ਨਾ ਕੋਈ ਬਿਜਲੀ ਦਾ ਬਿੱਲ ਕੋਈ ਇਹ ਬਹੁਤ ਸਾਰੇ ਡਾਕੂਮੈਂਟਸ ਹੁੰਦੇ ਜਿਹੜੇ ਇਹਨਾਂ ਨੇ ਬਣਾਣੇ ਆ ਜਿੱਦਾਂ ਹੀ ਆਫਰ ਲੈਟਰ ਆਉਂਦੀ ਹੈ ਬੈਂਕ ਇਹਨਾਂ ਨੂੰ ਲੋਨ ਸੈਂਕਸ਼ਨ ਕਰ ਦਿੰਦਾ ਹੈ ਜਾਂ ਇਹਨਾਂ ਆਪ ਸ਼ੋ ਕਰ ਰਹੇ ਆ ਤੇ ਇਹਨਾਂ ਦੇ ਜੀਟੀ ਦੇ ਡਾਕੂਮੈਂਟਸ ਜਿਹੜੇ ਤਿਆਰ ਹੋ ਗਏ ਕਿਉਂਕਿ ਕਈ ਵਾਰੀ ਖਾਲੀ ਇਹ ਹੀ ਦੋ ਚੀਜ਼ਾਂ ਨਹੀਂ ਆ ਜਿੱਥੇ ਉਹ ਜੌਬ ਕਰ ਰਹੇ ਆ ਫਾਦਰ ਉੱਥੇ ਦਾ ਉਹ ਕੋਈ ਆਈ ਕਾਰਡ ਵੀ ਮੰਗਣਗੇ EMPLOYE DETAIL ਵੀ ਮੰਗਣਗੇ ਜਬ ਬਿਜ਼ਨਸ ਕਰ ਰਹੇ ਆ ਤੇ ਬਿਜ਼ਨਸ ਦੇ ਡਿਟੇਲ ਮੰਗਣਗੇ ਯੂਨੀਵਰਸਿਟੀਾਂ ਤੇ ਖਾਲੀ ਇਹ ਨਹੀਂ ਕਿ ਆਪਾਂ ਦੋ ਪੇਪਰ ਦੇ ਦਿੱਤੇ ਤੇ ਜੀਟੀ ਹੋ ਗਈ देयर ਆ ਲੋਟ ਆਫ ਡਾਕੂਮੈਂਟਸ ਜਦ ਤੱਕ ਆਫਰ ਲੈਟਰ ਆ ਰਿਹਾ ਹੈ ਤੁਹਾਡਾ ਜਿਹੜਾ ਸਾਈਮਲਟੇਨੀਅਸਲੀ ਇਹ ਸਾਰਾ ਪ੍ਰੋਸੀਜਰ ਚੱਲੇਗਾ ਉਹਦੇ ਨਾਲ ਕੀ ਹੋਏਗਾ ਨਾਲ ਦੀ ਨਾਲ ਅਸੀਂ ਜੀਟੀ ਦੇ ਡਾਕੂਮੈਂਟ ਪੇਜ ਤੇ ਜਿੱਦਾਂ ਹੀ ਅਫਰ ਲੈਟਰ ਆਈ ਜੀਟੀ ਕਲੀਅਰ ਹੋ ਗਈ ਫੀਸ ਪੇ ਕਰਤੀ ਫਾਈਲ ਅੰਬੈਸੀ ਚ ਲੱਗ ਗਈ ਡਿਲੇ ਨਹੀਂ ਹੋਣਗੇ ਸਟੈਪਸ ਦੇ ਵਿੱਚ ਤੇ ਜੈਨ ਇਨਟੇਕ ਦਾ ਜਿਹੜਾ ਵੀਜ਼ਾ ਹੈ ਉਹ ਬਹੁਤ इजीली ਤੁਹਾਡਾ ਆਏਗਾ ਬਟ ਤੁਸੀਂ ਸਟੈਪ ਫਾਲੋ ਕਰਨ ਚ ਲੇਟ ਕਰੋਗੇ ਤੇ ਹੋ ਸਕਦਾ ਜਿੰਨਾ ਉਹਨਾਂ ਦਾ ਕੋਟਾ ਹੈ ਜੈਨ ਦਾ ਉਹਨਾਂ ਨੇ ਦੇ ਦਿੱਤਾ ਉਹਦੇ ਬਾਅਦ ਰਿਜੈਕਸ਼ਨ ਸ਼ੁਰੂ ਹੋ ਜਾਣਗੇ ਦੈਨ ਯੂ ਵਿਲ ਨਾਟ ਬਲੇਮ ਟੂ ਐਨੀਵਨ ਕਿ ਸਾਡਾ ਵੀਜ਼ਾ ਕਿਉਂ ਰਿਜੈਕਟ ਹੋਇਆ ਰੀਜ਼ਨ ਬੀਇੰਗ ਕਿ ਤੁਸੀਂ ਆਪ ਡਿਲੇ ਕੀਤਾ ਤੁਸੀਂ ਇਹ ਨਾ ਸੋਚੋ ਕਿ ਕੋਈ ਵੀ ਆਫਿਸ ਵਾਲਾ ਤੁਹਾਨੂੰ ਬਾਰ ਬਾਰ ਫੋਨ ਕਰੇਗਾ ਉਹਨਾਂ ਦੇ ਕੋਲ ਟਾਈਮ ਨਹੀਂ ਹੈ ਉਹ ਤੁਹਾਨੂੰ ਫਰਸਟ ਕਾਉਂਸਲਿੰਗ 'ਚ ਤੁਹਾਡੇ ਪੇਪਰ ਸਾਰੇ ਸਮਝਾ ਦਿੰਦੇ ਆ ਤੁਸੀਂ ਕੇਅਰਫੁਲ ਰਹਿਣਾ ਤੁਸੀਂ ਆਪਣੇ ਡਾਕੂਮੈਂਟ ਆਪ ਦੇਣੇ ਆ ਤੁਸੀਂ ਚਾਰ ਵਾਰੀ ਕਾਲ ਕਰੋਗੇ ਮੇਰੇ ਡਾਕੂਮੈਂਟ ਆਂਦਾ ਹੈ ਸਾਰਾ ਆਫਿਸ ਤੋਂ ਫੋਨ ਆਏਗਾ ਲੇਕਿਨ ਉਹਨਾਂ ਦੇ ਕੋਲ ਬੱਚੇ ਜਾਦਾ ਹੈ ਸਾਡੇ ਕੋਲ ਬੱਚੇ ਜਾਦਾ ਹੈ ਤੁਸੀਂ ਜਦ ਆਗੇ ਫਸਟ ਕਾਉਂਸਲਿੰਗ ਚ ਅਸੀਂ ਸਮਝਾਤਾ ਲਿਸਟ ਆਫ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕਰਨੇ ਜੀ ਜੀ ਬਿਲਕੁਲ ਸੋ ਸਟੂਡੈਂਟਸ ਨੂੰ ਵਾਕਈ ਇੱਥੇ ਚੀਜ਼ਾਂ ਪੂਰੇ ਮੈਨੇਜ ਕਰਕੇ ਟਾਈਮ ਨੂੰ ਮੈਨੇਜ ਕਰਕੇ ਚੱਲਣਾ ਚਾਹੀਦਾ ਤਾਂ ਕਿ ਤੁਹਾਡਾ ਜਿੰਨਾ ਚਿਰ ਆਫਰ ਲੈਟਰ ਆਣੀ ਹੈ ਉਹਨਾਂ ਚਿਰ ਤੁਸੀਂ ਆਪਣੇ ਡਾਕੂਮੈਂਟਸ ਰੈਡੀ ਕਰੋ ਤੇ ਤੁਸੀਂ ਆਪਣੇ ਟਾਈਮ ਨੂੰ ਵੀ ਜੋ ਹੈ ਸੇਵ ਕਰ ਸਕਦੇ ਹੋ ਤਾਂ ਕਿ ਆਫਰ ਲੈਟਰ ਆਣ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਪ੍ਰੋਸੈਸ ਜੋ ਹੈ ਸ਼ੁਰੂ ਹੋ ਸਕੇ ਚਾਹੇ ਲੋਨ ਦੀ ਗੱਲ ਹੈ ਚਾਹੇ ਤੁਹਾਡੇ ਵੀਜ਼ਾ ਦੇ ਲਈ ਪੂਰੇ ਪ੍ਰੋਸੈਸ ਦੀ ਗੱਲ ਹੈ ਸੋ ਮੈਂ ਆਪਨੇ ਬੜੇ ਵਧੀਆ ਢੰਗ ਦੇ ਨਾਲ ਬੜੇ ਸਹੀ ਸਮੇਂ ਤੇ ਇਹ ਗੱਲਾਂ ਤੁਹਾਨੂੰ ਗਾਈਡ ਕੀਤੀਆਂ ਨੇ ਕਿਉਂਕਿ ਜਿਹੜੇ ਸਟੂਡੈਂਟਸ ਹੁਣ ਅਗੋ ਫੈਬ੍ਰਿੰਟੇਕ ਦੀ ਤਿਆਰੀ ਕਰ ਰਹੇ ਨੇ ਉਹ ਇਹ ਗੱਲਾਂ ਬਹੁਤ ਹੀ ਖਾਸ ਨੇ ਉਹ ਸਟੂਡੈਂਟਸ ਨੂੰ ਇਹ ਧਿਆਨ ਵਿੱਚ ਜ਼ਰੂਰ ਰੱਖਣੇ ਚਾਹੀਦੀ ਹੈ ਸਿਰਫ ਸਟੂਡੈਂਟਸ ਹੀ ਨਹੀਂ ਪੇਰੈਂਟਸ ਨੂੰ ਵੀ ਇਹ ਚੀਜ਼ਾਂ ਸਮਝਦੇ ਹੋਏ ਇਸੇ ਢੰਗ ਦੇ ਨਾਲ ਆਪਣੇ ਬੱਚੇ ਦਾ ਪ੍ਰੋਸੈਸ ਜੋ ਹੈ ਅੱਗੇ ਵਧਾਉਣਾ ਚਾਹੀਦਾ ਹੈ ਫਿਰ ਵੀ ਕੋਈ ਸਵਾਲ ਹੈ ਡਾਊਟ ਹੈ ਨੰਬਰ ਲਗਾਤਾ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਹੋਰ ਜ਼ਰੂਰ ਲੈ ਸਕਦੇ ਹੋ ਨੈਵੀਗੇਟਰ ওভারਸੀਜ਼ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਬਹੁਤ ਹੀ ਖਾਸ ਟੌਪਿਕ ਤੇ ਬਹੁਤ ਹੀ ਖਾਸ ਜਾਣਕਾਰੀ ਜੋ ਹੈ ਸ ਹੈ ਸੋ ਅਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ